ਪੰਜਾਬ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀਆਂ ਖੇਡਾਂ ਕਰਵਾਉਣ ਦਾ ਵਜਾਇਆ ਵਿਗੁਲ। ਖੇਡਾਂ ਲਈ ਫੰਡਾਂ ਦੇ ਪ੍ਰਬੰਧਾਂ ਤੋਂ ਅਣਜਾਣ ਹਨ ਅਧਿਆਪਕ। ਉਂਝ ਵਰ੍ਹਿਆਂ ਤੋਂ ਖੇਡ ਮੈਦਾਨ ਚੋਂ ਬਾਹਰ ਹੋਏ ਅਧਿਆਪਕਾਂ ਨੇ ਇਹਨਾਂ ਖੇਡਾਂ ਲਈ ਸਰੀਰਕ ਜ਼ੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਕੈਲੰਡਰ ਅਨੁਸਾਰ ਅਧਿਆਪਕ ਖੇਡਾਂ 26 ਦਸੰਬਰ ਤੋਂ 28 ਦਸੰਬਰ ਤੱਕ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਲਈ ਵਿਭਾਗ ਵੱਲੋਂ ਜੋ ਪਹਿਲਾਂ ਪੱਤਰ ਜਾਰੀ ਕੀਤਾ ਗਿਆ ਸੀ ਉਸ ਮੁਤਾਬਿਕ ਅਧਿਆਪਕਾਂ ਨੂੰ ਦਿੱਤੀ ਜਾਣ ਵਾਲੀ ਖੇਡ ਕਿੱਟ, ਟਰੈਕ ਸੂਟ ਆਦਿ ਦਾ ਖਰਚਾ ਜ਼ਿਲ੍ਹੇ ਦੇ ਖੇਡ ਫੰਡ ਚੋਂ ਕਰਨ ਲਈ ਕਿਹਾ ਗਿਆ ਸੀ, ਪਰ ਕੁਝ ਦਿਨਾਂ ਮਗਰੋਂ ਹੀ ਨਵਾਂ ਪੱਤਰ ਜਾਰੀ ਹੋ ਗਿਆ ਹੈ ਜਿਸ ਵਿੱਚ ਅਧਿਆਪਕਾਂ ਨੂੰ ਟਰੈਕ ਸੂਟ ਅਤੇ ਖੇਡ ਕਿੱਟ ਆਦਿ ਦੇਣ ਦੀ ਤਜਵੀਜ਼ ਹੀ ਖਤਮ ਕਰ ਦਿੱਤੀ ਹੈ। ਸਿੱਖਿਆ ਵਿਭਾਗ ਦੀਆਂ ਖੇਡਾਂ 'ਚ ਇਹ ਕੋਈ ਪਹਿਲਾ ਮਸਲਾ ਨਹੀਂ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਅਤੇ ਸੂਬਾ ਪੱਧਰੀ ਖੇਡਾਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀ ਖਿਡਾਰੀ ਵੀ ਟਰੈਕ ਸੂਟਾਂ ਤੋਂ ਵਾਂਝੇ ਹੀ ਰਹਿ ਜਾਂਦੇ ਰਹੇ ਹਨ। ਵਿਭਾਗ ਵੱਲੋਂ ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਖੇਡਾਂ ਦੇ ਪ੍ਰਬੰਧ ਲਈ ਖਰਚਾ ਕੰਟੀਜੈਂਸੀ ਆਫਿਸ ਐਕਸਪੈਂਸਿਸ ਵਿੱਚੋਂ ਕੀਤਾ ਜਾਵੇਗਾ, ਪਰ ਅਧਿਆਪਕਾਂ ਸਮੇਤ ਕੁਝ ਜ਼ਿਲ੍ਹਾ ਪੱਧਰੀ ਅਧਿਕਾਰੀ ਵੀ ਇਸ ਤਰ੍ਹਾਂ ਦੇ ਫੰਡ ਹੋਣ ਤੋਂ ਹੀ ਅਣਜਾਣ ਹਨ। ਬਿਊਰੋ ਰਿਪੋਰਟ, ਸਿੱਖ ਟੀਵੀ।